ਅਸੀਂ ਅੱਜ ਜਿਹੜਾ ਨਹਿਰੀ ਕੋਠੀ ਦਾ ਘਰਾਓ ਕੀਤਾ ਇਹ ਜਥੇਬੰਦੀਆਂ ਨਾਲ ਮਿਲ ਕੇ ਅਸੀਂ ਭਰੱਪੇ ਤੌਰ 'ਤੇ ਇੱਥੇ ਆਏ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਰਿਪੋਰਟਰ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਇਸ ਧਰਨੇ ਨੂੰ ਕਵਰ ਕਰਨ ਆਏ ਹੋ। ਇਹ ਜਿਹੜਾ ਮਸਲਾ ਹੈ ਮਾਈਨਰ ਨੰਬਰ ਜਿਹੜਾ 5 ਹੈ ਉਹਦਾ ਮਸਲਾ ਹੈ ਜੀ। ਇਹ 3 ਪਿੰਡਾਂ ਦਾ ਮੁੱਗਾ ਹੈ। ਇਹਦੇ ਵਿੱਚ ਪਿੰਡ ਅੱਕਾਂ ਵਾਲੀ ਸਭ ਤੋਂ ਵੱਡਾ ਰਕਬਾ ਹੈ ਉਹਨਾਂ ਦਾ, ਉਸ ਤੋਂ ਬਾਅਦ ਲਖਮੀਰ ਵਾਲਾ ਹੈ, ਉਸ ਤੋਂ ਭੰਮੇ ਖੁਰਦ ਹੈ, ਕੁਛ ਰਕਬਾ ਵੱਡੇ ਭੰਮਿਆਂ ਦਾ ਪੈਂਦਾ ਲਖਮੀਰ ਵਾਲੇ 'ਚ ਹੈ, ਉਹਨਾਂ ਦੇ ਵੀ ਹੈ। ਸਾਡੀ ਬੇਨਤੀ ਹੈ ਕਿ ਸਾਡਾ 12 ਇੰਚ ਪਾਣੀ ਬਣਦਾ ਜੀ ਮੋਗੇ ਦੇ ਉੱਤੇ। ਇਹ ਕਿਤੇ ਤਾਂ ਉੱਥੋਂ ਮਿੱਟੀ ਕਢਾ ਕੇ ਜੀ, ਕਿਤੇ ਝਾੜੀਆਂ ਬਣਾ ਕੇ ਪਾਣੀ ਜਿੰਨਾ ਪਿੱਛੋਂ ਪਊਗਾ ਪਾਣੀ ਤਾਂ ਉਨਾ ਹੀ ਹੁਣ ਮਿਲੂਗਾ ਗਾਂ। ਸਾਡਾ ਪਾਣੀ 7 ਤੋਂ 8 ਇੰਚ ਚੱਲਦਾ, ਜਿਹੜਾ ਕਿ 5 ਇੰਚ ਪਾਣੀ ਸਾਨੂੰ ਘੱਟ ਮਿਲ ਰਿਹਾ। ਵੀਰ ਜੀ ਨੇ ਪਹਿਲਾਂ ਵੀ ਦੱਸਿਆ ਕਿ ਜਿਹੜਾ ਥੱਲੜਾ ਪਾਣੀ ਹੈ ਉਹ ਖੇਤੀ ਲਾਇਕ ਨਹੀਂ ਹੈ, ਉਹ ਬਹੁਤ ਮਾੜਾ ਪਾਣੀ ਹੈ। ਨਹਿਰੀ ਪਾਣੀ ਹੀ ਇੱਕ ਸਾਡੀ ਸਥਿਤੀ ਹੈ। ਜੇ ਅੱਗੇ ਸੋਚਿਆ ਜਾਵੇ, ਜੇ ਅੱਗੇ ਕਿਸਾਨ ਵੀਰ ਹੈ, 3-4 ਪਿੰਡਾਂ ਜਿੱਥੇ ਟੇਲਾਂ ਜਾਂਦੀਆਂ ਨੇ, ਸਾਡੇ ਪਿੰਡ ਵੀ ਟੇਲ 'ਤੇ ਹੈ। ਜੇ ਸੋਚ ਕੇ ਚੱਲੀਏ ਤਾਂ ਅੱਕਾਂ ਵਾਲੇ ਜਿਹੜਾ ਮੋਗਾ ਹੈ ਉਸ ਤੋਂ ਤਕਰੀਬਨ ਮੰਦਰਾਂ ਕੋਲ ਜਾ ਕੇ 7-8 ਕਿਲੋਮੀਟਰ 'ਤੇ ਜਾ ਕੇ ਪਾਣੀ ਪਹੁੰਚਦਾ ਉਹਨਾਂ ਦਾ। ਉੱਥੋਂ ਲਖਮੀਰ ਵਾਲੇ ਦਾ ਜਿਹੜਾ ਮੋਗਾ ਹੈ ਇਹ ਅਗਲੀਆਂ ਟੇਲਾਂ ਕਹਿੰਦੇ, ਇਹ ਵੀ ਪਿੰਡ ਟੇਲ 'ਤੇ ਹੈ। ਲਖਮੀਰ ਵਾਲੇ ਦਾ ਜਿਹੜਾ ਪਾਣੀ ਹੈ ਜਾ ਕੇ ਕੋਰਵਾਲ ਕੋਲ ਖੁੱਲਦਾ, ਤਕਰੀਬਨ 7-8 ਕਿਲੋਮੀਟਰ ਟੇਲ ਜਾਂਦੀ ਹੈ। ਇਸ ਤਰ੍ਹਾਂ ਭੰਮੇ ਖੁਰਦਾ, ਇਹਨਾਂ ਦਾ ਪਾਣੀ ਲਾਲਿਆਂ ਵਾਲੇ ਕੋਲ ਪਹੁੰਚਦਾ, ਤਾਂ ਕਿ ਜਿਹੜਾ ਵੀ ਮੋਗੇ ਲੱਗੇ ਨੇ ਇਸ ਮਾਈਨਰ ਦੇ ਉੱਤੇ, 3 ਮੋਗੇ ਨੇ, ਇਹਨਾਂ ਦਾ 6-7 ਕਿਲੋਮੀਟਰ ਤੱਕ ਟੇਲ ਜਾਂਦੀ ਹੈ। ਤਾਂ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਜਿੰਨਾ ਵੀ ਪਾਣੀ ਦਾ ਹੱਕ ਹੈ, ਜਿਵੇਂ 12 ਇੰਚ ਪਾਣੀ ਦਾ ਹੱਕ ਹੈ ਸਾਡੇ ਉਸ ਮੋਗੇ ਦਾ, ਲਖਮੀਰ ਵਾਲੇ ਟੇਲ ਦਾ, ਤਾਂ 12 ਇੰਚ ਪਾਣੀ ਸਾਨੂੰ ਦਿੱਤਾ ਜਾਵੇ, ਉਹ ਅਗਲੇ ਜਿਹੜੇ ਪਿੰਡ ਵਾਲੇ ਕਿਸਾਨ ਹੈ ਉਹਨਾਂ ਦਾ ਵੀ ਪਾਣੀ ਪੂਰਾ ਕੀਤਾ ਜਾਵੇ। ਅਸੀਂ ਇਹ ਮਹਿਕਮੇ ਨੂੰ ਇੱਕ ਬੇਨਤੀ ਕਰਦੇ ਹਾਂ, ਕਾਫੀ ਚਿਰ ਤੋਂ ਲੰਮਾ ਰੇੜਕਾ ਚੱਲ ਰਿਹਾ ਹੈ। ਦੂਸਰੀ ਬੇਨਤੀ ਅਸੀਂ ਇਹ ਕਰਦੇ ਹਾਂ ਵੀ ਜਿਹੜਾ ਉੱਥੇ ਝਾਲ ਬਣਿਆ ਹੋਇਆ ਹੈਡ ਦੇ ਮੈਨ ਨੰਬਰ 5 ਦੇ ਲਾਗੇ, ਉਹਦਾ ਲੈਵਲ ਤੇ ਜਿਹੜਾ ਸਾਡਾ ਮੋਢਾ ਹੈ ਮੈਨ ਨੰਬਰ 5 ਦਾ, ਇਹਦਾ ਇੱਕ ਲੈਵਲ ਕੀਤਾ ਜਾਵੇ ਤਾਂ ਜੋ ਸਾਡੇ ਪਿੰਡਾਂ ਨੂੰ ਸਹੀ ਪਾਣੀ ਮਿਲ ਸਕੇ। ਮਾਮਲਾ ਜਿਹੜਾ ਪ੍ਰਸ਼ਾਸਨ ਨਹਿਰੀ ਮਹਿਕਮੇ ਬੰਨਿਓ ਮੂਹਰਲੇ ਪਿੰਡਾਂ ਨੂੰ ਮੁੱਖ ਰੱਖਦੇ ਹਾਂ, ਸਾਡੇ 3 ਨਗਰਾਂ ਦਾ ਸਾਂਝਾ ਮੋਗਾ ਹੈ ਜਿਹੜਾ, ਅੱਕਾਂ ਵਾਲੀ, ਲਖਮੀਰ ਵਾਲਾ ਅਤੇ ਭੰਮੇ ਛੋਟੇ। ਉਹਦੇ ਵਿੱਚ ਕੋਈ ਮਿਣਤੀ ਨਹੀਂ, ਕੋਈ ਗਿਣਤੀ ਨਹੀਂ, ਚੱਲਦੇ ਪਾਣੀ ਦੇ ਵਿੱਚ ਪ੍ਰਸ਼ਾਸਨ ਨੇ ਬਜਰੀ ਪਾ ਕੇ ਆਪਦੇ ਅੱਗੇ ਵਾਲੇ ਪਿੰਡਾਂ ਨੂੰ ਖੁਸ਼ ਕਰਤਾ ਅਤੇ ਪਿੱਛੇ ਇਹ 3 ਪਿੰਡਾਂ ਦੇ ਕਿਸਾਨ ਨੇ ਜਿਹੜੇ ਇਹ ਪੀਣ ਵਾਲੇ ਪਾਣੀ ਨੂੰ ਵੀ ਮਜਬੂਰ ਕਰਤੇ, ਕਿਉਂਕਿ ਇੱਥੇ ਦੇ ਸਾਰੇ ਏਰੀਏ ਦੇ ਵਿੱਚ ਨਹਿਰੀ ਪਾਣੀ ਦੀ ਜਿਹੜੀ ਦਿੱਕਤ ਹੈ, ਪਿੱਛੋਂ ਪਾਣੀ ਲੈਣ ਦੀ ਬਜਾਏ ਉਲਟਿਆ ਮਹਿਕਮਾ ਇੱਥੋਂ ਹੀ ਇੱਕ ਪਿੰਡ ਦਾ ਮੋਗਾ ਘਟਾ ਦਿੰਦੇ ਨੇ, ਅਗਲੇ ਨੂੰ ਪਾਣੀ ਵੱਧ ਦੇ ਦਿੰਦੇ ਨੇ, ਫਿਰ ਉਹਨਾਂ ਦਾ ਘਟਾ ਦਿੰਦੇ ਨੇ, ਪਿੱਛੇ ਵਧਾ ਦਿੰਦੇ ਨੇ। ਇਹ ਆਪਸ ਦੇ ਵਿੱਚ ਕਿਸਾਨਾਂ ਨੂੰ ਲੜਾਉਣ ਵਾਲੀ ਖੇਡ ਹੈ ਜਿਹੜੀ ਇਸ ਨਹਿਰੀ ਮਹਿਕਮੇ ਵੱਲੋਂ ਖੇਡੀ ਜਾ ਰਹੀ ਹੈ। ਉਸ ਨੂੰ ਮੁੱਖ ਰੱਖਦਿਆਂ ਅੱਜ ਅਸੀਂ ਨਹਿਰੀ ਕੋਠੀ ਦਾ ਜਿਹੜਾ ਉਹ ਘਰਾਓ ਕੀਤਾ ਵੀ ਇਹਨਾਂ ਪਿੰਡਾਂ ਦਾ ਪਾਣੀ ਵਾਸਤੇ ਪੱਕੇ ਤੌਰ 'ਤੇ ਹੱਲ ਕੀਤਾ ਜਾਵੇ, ਇਹਨਾਂ ਦਾ ਬਣਦਾ ਹੱਕ ਹੈ ਜਿਹੜਾ ਇਹਨੇ 3 ਨਗਰਾਂ ਨੂੰ ਦਿੱਤਾ ਜਾਵੇ, ਅਤੇ ਜਿੰਨਾ ਪਾਣੀ ਦੀ ਲੋੜ ਹੈ ਉਹ ਪਿੱਛੋਂ ਮੰਗ ਕੇ ਪੂਰਾ ਕੀਤਾ ਜਾਵੇ, ਨਾ ਕਿ ਇੱਥੇ ਦੂਜੀਆਂ ਸੂਏ ਕੱਸੀਆਂ ਦੇ ਵਿੱਚੋਂ ਪਾਣੀ ਹੈ ਜਿਹੜਾ ਉਹ ਘਟਾ ਕੇ ਫਿਰ ਕਿਸਾਨਾਂ ਦਾ ਜਿਹੜਾ ਉਹ ਪੂਰਾ ਕੀਤਾ। ਇਸ ਲਈ ਅਸੀਂ ਮੰਗ ਕਰਦੇ ਹਾਂ ਵੀ ਜੋ ਅਗਲੇ ਪਿੰਡ ਨੇ ਉਹਨਾਂ ਨੂੰ ਵੀ ਉਹਨਾਂ ਦਾ ਪੂਰਾ ਹੱਕ ਹੈ ਜਿਹੜਾ ਉਹ ਮਿਲਣਾ ਚਾਹੀਦਾ, ਅਤੇ ਜਿਹੜਾ ਸਾਡੇ 3 ਨਗਰਾਂ ਦਾ ਹੱਕ ਹੈ, ਇਹ ਸਾਂਝਾ ਮੋਗਾ ਹੈ, ਇਹ 'ਤੇ ਵੀ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ। ਦੇਖੋ, ਪਹਿਲਾਂ ਤਾਂ ਅਸੀਂ ਦੱਸ ਦਈਏ ਤੁਹਾਨੂੰ, ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਥੇਬੰਦੀ ਦੇ ਵੱਲੋਂ ਅੱਜ ਜਿਹੜਾ ਇੱਥੇ ਨਹਿਰੀ ਕੋਠੀ ਦਾ ਘਰਾਓ ਕਰਿਆ ਗਿਆ ਉਹ ਤਾਂ ਕਰਕੇ ਕੀਤਾ ਗਿਆ, ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ
ਪਾਣੀ ਦਾ ਜਿਹੜੇ ਲੋਕਾਂ ਦਾ 3 ਪਿੰਡਾਂ ਦਾ ਪਾਣੀ ਸੀ ਜਿਹੜਾ ਇਹ ਘਟਵਾਤਾ ਸੀਗਾ। ਇਹ ਘਟਾ ਕੇ ਗਾਂ ਵਾਲਾ ਪਾਣੀ ਪੂਰਾ ਦੇਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ, ਲੇਕਿਨ ਉਹ ਗਾਂ ਵਾਲੇ ਪਿੰਡਾਂ ਦਾ ਹਾਲ ਤੱਕ ਵੀ ਨਹੀਂ ਪਾਣੀ ਪੂਰਾ ਹੋਇਆ। ਜੇ ਆਪਾਂ ਕਹਿ ਲਈਏ ਤਾਂ ਉਹਨਾਂ ਦਾ ਵੀ ਪਾਣੀ ਪੂਰਾ ਹੋ ਗਿਆ ਹੋਵੇ, ਵੀ ਇਹ 3 ਪਿੰਡਾਂ ਦਾ ਘਟਾ ਕੇ ਉਹਨਾਂ ਦਾ ਤਾਂ ਘਰ ਪੂਰਾ ਹੋ ਗਿਆ ਹੋਵੇ, ਉਹਨਾਂ ਦਾ ਵੀ ਨਹੀਂ ਹੋਇਆ ਅਤੇ ਇਹਨਾਂ ਦਾ ਪਾਣੀ ਵੀ ਘੱਟ ਗਿਆ। ਅਸੀਂ ਕਹਿੰਦੇ ਵੀ ਜਿਹੜਾ ਇਹ 3 ਪਿੰਡਾਂ ਦਾ ਪਾਣੀ ਹੈ ਇਹਨਾਂ ਦਾ ਹੱਕ ਇਹਨਾਂ ਨੂੰ ਪੂਰਾ ਮਿਲਣਾ ਚਾਹੀਦਾ, ਅਤੇ ਦੂਜਾ ਜਿਹੜਾ ਗਾਂ ਵਾਲਾ ਹੈ ਗਾਂ ਵਾਲੇ ਲੋਕਾਂ ਨੂੰ ਵੀ ਪਾਣੀ ਜਿੰਨਾ ਹੱਕ ਉਹਨਾਂ ਦਾ ਬਣਦਾ ਉਹਨਾਂ ਨੂੰ ਵੀ ਹੱਕ ਉਹਨਾਂ ਪੂਰਾ ਮਿਲਣਾ ਚਾਹੀਦਾ, ਕਿਸੇ ਦਾ ਹੱਕ ਨਾ ਮਾਰਿਆ ਜਾਵੇ। ਪਾਣੀ 'ਤੇ ਅਸੀਂ ਇਹੀ ਨਹਿਰੀ ਪਾਣੀ ਪੀਣ 'ਤੇ ਅਸੀਂ ਨਿਰਭਰ ਰਹਿ ਗਏ, ਧਰਤੀ ਹੇਠਲਾ ਪਾਣੀ ਪੀਣ ਵਾਲਾ ਵੀ ਇਹ ਨਹੀਂ ਗਾ, ਪੈਲੀਆਂ ਨੂੰ ਲਾਉਣ ਵਾਲਾ ਤਾਂ ਹੁਣ ਅੱਗੇ ਹੈ, ਪਰ ਅਸੀਂ ਇੱਥੋਂ ਦੇ ਸਰਕਾਰ ਨੂੰ ਅਤੇ ਇੱਥੋਂ ਦੇ ਨਹਿਰੀ ਮਹਿਕਮੇ ਦੇ ਅਫਸਰਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਤੁਹਾਡੀਆਂ ਨਲਾਇਕੀਆਂ ਨੇ, ਨਲਾਇਕੀਆਂ ਦੇ ਕਾਰਨ ਤੁਸੀਂ ਆਹ ਕੁਛ ਸਾਡੇ ਨਾਲ ਕਰੀ ਜਾਂਦੇ ਹੋ, ਸਾਡੇ ਆਪਸਮੇਂ ਲੋਕਾਂ ਨੂੰ ਗਾਂ ਵਾਲੇ ਪਿੰਡਾਂ ਨੂੰ ਪਿਛਲਿਆਂ ਨਾਲ ਲੜਾਉਂਦੇ ਹੋ, ਪਿਛਲਿਆਂ ਨੂੰ ਗਾਂ ਵਾਲੇ ਲੋਕਾਂ ਨਾਲ ਲੜਾਈ ਜਾਂਦੇ ਹੋ, ਕਿਉਂ ਲੜਾਉਂਦੇ ਹੋ? ਪਿੱਛੋਂ ਪਾਣੀ ਦੀ ਮੰਗ ਕਰੋ, ਵਧਾ ਕੇ ਪਾਣੀ ਨੂੰ, ਇਹ ਲੋਕ ਸਾਡੇ ਕਿਸਾਨਾਂ ਦਾ ਜਿਹੜਾ ਪਾਣੀ ਦਾ ਹੱਕ ਹੈਗਾ ਉਹ ਪੂਰੇ ਦਾ ਪੂਰਾ ਮਿਲਣਾ ਚਾਹੀਦਾ ਹੈ। ਨਾ ਪਾਣੀ ਇਹ ਲੋਕਾਂ ਦਾ ਮਿਲਿਆ ਭਵਾਂ ਦੀ ਗਾਂ ਵਾਲੇ ਪਿੰਡ ਨੇ ਚਾਹੇ ਇਹ 3 ਪਿੰਡ ਨੇਗੇ, ਅਸੀਂ ਸਾਰੇ ਪਿੰਡਾਂ ਦੀ ਖਾਤਰ ਲੜਦੇ ਹਾਂ, ਉਹਨਾਂ ਦਾ ਵੀ ਹੱਕ ਪੂਰਾ ਕਰਾਵਾਂਗੇ। ਇਹਨਾਂ ਦਾ ਵੀ ਜਿਹੜਾ 3 ਪਿੰਡਾਂ ਦਾ ਮਸਲਾ ਹੈ ਇਹਨਾਂ ਦਾ ਵੀ ਪਾਣੀ ਪੂਰਾ ਲਿਆ ਬਿਨਾਂ ਅਸੀਂ ਹਟਾਂਗੇ ਨਹੀਂ, ਪਿੱਛੇ ਨਹੀਂ ਹਟਾਂਗੇ, ਜੋ ਵੀ ਸਾਨੂੰ ਕਰਨਾ ਪਿਆ ਅਸੀਂ ਉਹ ਅਖੀਰਲੀ ਹੱਦ ਤੱਕ ਲੜਾਂਗੇ। ਜਿਹੜੇ ਉਹਨਾਂ ਦੇ ਪਾਣੀ ਵਾਲੇ ਉਹ ਛੋਟੇ ਕਰ ਦਿੱਤੇ ਗਏ, ਕਾਫੀ ਜਿਹੜੇ ਪਿੰਡਾਂ ਨੂੰ ਸਮੱਸਿਆ ਆ ਰਹੀ ਹੈ। ਠੀਕ ਹੈ ਜੀ, ਇਹੋ ਜਿਹੀ ਕੋਈ ਦਿੱਕਤ ਨਹੀਂ। ਬਾਕੀ ਮੈਂ ਉਹਨਾਂ ਨੂੰ ਕਿਹਾ ਵੀ ਜਦੋਂ ਵੀ ਬੰਦੀ ਆਉਂਦੀ ਆ ਆਪਾਂ ਇਕੱਲਾ ਮੋਗਾ ਉਹਨਾਂ ਦੀ ਤਸੱਲੀ ਕਰਾ ਕੇ ਕਰਵਾ ਦਾਂਗੇ ਜਿਵੇਂ ਵੀ ਉਹ ਚਾਹੁਣ, ਕੋਈ ਇਹੋ ਜਿਹੀ ਗੱਲ ਨਹੀਂ। ਬਾਕੀ ਮੈਂ ਚੈੱਕ ਵੀ ਕੀਤੇ ਨੇ, ਉਹ ਤਕਰੀਬਨ ਸਾਰੇ ਹੀ ਠੀਕ ਨੇ।